ਲੋਕ ਸਭਾ ਚੋਣਾਂ ਹੋਣ ਦਾ ਐਲਾਨ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਚੌਕਸ ਨਜ਼ਰ ਆਉਣ ਲੱਗੀ, ਜਿਸ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਕਈ ਪੁਲਿਸ ਟੁਕੜੀਆਂ ਸਮੇਤ ਵੱਖ-ਵੱਖ ਸ਼ਹਿਰਾਂ ਵਿੱਚ ਪੈਦਲ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਇਸੇ ਤਰ੍ਹਾਂ ਦਿੜਬਾ ਸ਼ਹਿਰ ਵਿੱਚ ਵੀ ਇਸ ਮੌਕੇ DSP ਪ੍ਰਿਥਵੀ ਸਿੰਘ ਚਾਹਲ ਦੀ ਅਗਵਾਈ ਹੇਠ ਪੈਦਲ ਫਲੈਗ ਮਾਰਚ ਕੱਢਿਆ ਗਿਆ। ਮੌਕੇ ਸੈਂਕੜੇ ਪੁਲਿਸ ਬਲ ਤਾਇਨਾਤ ਸੀ ਅਤੇ ਉਹਨਾਂ ਨੇ ਕੋਰੀਆ ਰੋਡ, ਅਨਾਜ ਮੰਡੀ ਦਿੜਬਾ ਬਾਜ਼ਾਰ ਤੋਂ ਹੋ ਕੇ ਮੇਨ ਚੌਂਕ ਤੋਂ ਇਲਾਵਾ ਵੱਖ-ਵੱਖ ਪਿੰਡਾਂ ਵਿੱਚ ਫਲੈਗ ਮਾਰਚ ਕੱਢਣ ਦੀ ਗੱਲ ਕਹੀ। ਇਹ ਵੀ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਹਨਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। DSP ਪ੍ਰਿਥਵੀ ਸਿੰਘ ਚਾਹਲ, SHO ਗੁਰਮੀਤ ਸਿੰਘ, ਚੌਂਕੀ ਇੰਚਾਰਜ ਕੋੜੀਆ ਬਲਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਉਹਨੂੰ ਮੱਦੇਨਜ਼ਰ ਰੱਖ ਕੇ ਫਲੈਗ ਮਾਰਚ ਕੱਢਿਆ ਜਾ ਰਿਹਾ। ਸਾਡੇ ਨਾਲ ਇੱਕ ITBP ਦੀ ਟੀਮ ਹੈਗੀ ਹੈ ਜੀ, ਤੇ ਅਸੀਂ ਦਿੜਬਾ ਦਾ ਜਿਹੜਾ ਸ਼ਹਿਰੀ ਇਲਾਕਾ ਇੱਥੇ ਪੈਦਲ ਕੀਤਾ ਜਾ ਰਿਹਾ। ਇਸ ਤੋਂ ਬਾਅਦ ਅਸੀਂ ਗੱਡੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਫਲੈਗ ਮਾਰਚ ਕਰਾਂਗੇ ਤੇ ਹੋਰ ਜਿਹੜੇ ਦਿੜਬਾ ਸਬ ਡਿਵੀਜ਼ਨ ਦੇ ਇਲਾਕੇ ਨੇ ਜਿਵੇਂ ਕਿ ਛਾਜਲੀ ਤੇ ਧਰਮਗੜ੍ਹ, ਉੱਥੇ ਵੀ ਕੀਤਾ ਜਾਊਗਾ ਜੀ। ਬੇਸਿਕਲੀ ਜਿਹੜਾ ਜੀ ਕੋਡ ਆਫ ਕੰਡਕਟ ਲੱਗਿਆ ਉਹਦੀ ਪਾਲਣਾ ਕੀਤੀ ਜਾਵੇ, ਠੀਕ ਹੈ ਜੀ। ਕੋਈ ਵੀ ਜਿਹੜਾ ਕ੍ਰਿਮੀਨਲ ਐਕਟੀਵਿਟੀ ਹੈ ਉਹਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਜਿਹੜੀਆਂ ਗਾਈਡਲਾਈਨਸ ਨੇ ਉਹ ਸੋਸ਼ਲ ਮੀਡੀਆ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੈਬਸਾਈਟ ਤੇ ਵੀ ਅਵੇਲੇਬਲ ਨੇ ਤੇ ਉਹਦੀ ਪਾਲਣਾ ਕੀਤੀ ਜਾਵੇ। ਇਹਨੂੰ ਅਸੀਂ ਇਨਸ਼ੋਰ ਕਰਾਉਣ ਵਾਸਤੇ ਤੇ ਲੋਕਾਂ ਦੇ ਵਿੱਚ ਇੱਕ ਸੈਂਸ ਆਫ ਸਿਕਿਉਰਿਟੀ ਇਸਟੈਬਲਿਸ਼ ਕਰਨ ਵਾਸਤੇ ਫਲੈਗ ਮਾਰਚ ਕੀਤਾ ਜਾ ਰਿਹਾ। ਬਿਲਕੁਲ ਜੀ, ਨਾਕਾਬੰਦੀ ਆਲਰੇਡੀ ਚਾਲੂ ਹੈ ਜੀ ਸਾਡੀ ਤੇ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਅਸੀਂ ਸਟ੍ਰੈਟੇਜਿਕਲੀ ਚੇਂਜ ਕਰਕੇ ਅਸੀਂ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ ਤੇ ਰਿਕਵਰੀਜ਼ ਵੀ ਹੋ ਰਹੀਆਂ ਨੇ। ਉਹਨਾਂ ਦਾ ਵੀ ਅਸੀਂ ਉਹਨਾਂ ਨੂੰ ਕਵਾਂਗੇ ਕਿ ਜੇ ਜਮ੍ਹਾਂ ਕੀਤੀਆਂ ਜਾਣ, ਜਿਹੜਾ ਲਾਇਸੈਂਸੀ ਅਸਲਾ ਹੈਗਾ ਉਹ ਐਸ ਪਰ ਗਾਈਡਲਾਈਨਸ ਜਮ੍ਹਾਂ ਕਰਾਇਆ ਜਾਵੇ। ਸੰਗਰੂਰ ਤੋਂ ਗੁਲਜਾਰ ਸਿੰਘ ਦੀ ਰਿਪੋਰਟ।